ਹੈ ਏ ਫਾਰ ਸੋ ਸੋ ਨਹੀਂ ਬਾਪੂ ਏ ਫਾਰ ਐਪਲ ਹੁੰਦਾ ਉਹ ਮੰਨਿਆ ਵੀ ਪੰਜਾਬੀ ਤਾਂ ਮਾਂ ਬੋਲੀ ਆ ਹਿੰਦੀ ਚੱਲ ਮਾਸੀ ਮੰਨ ਲੈਂਦੇ ਆ ਆਹ ਦੁਸ਼ਮਣ ਵਾਲੀ ਅੰਗਰੇਜ਼ੀ ਆ ਕੀ ਆ ਬੀ ਫਾਰ ਬੀ ਫਾਰ ਓਏ ਓਏ ਭੋਂਦੇ ਦਾ ਕਾਲਾ ਨਹੀਂ ਹੈਗਾ ਪਰ ਹੁਣ ਤਾਂ ਮੈਂ ਅੱਖਾਂ ਮੀਚ ਕੇ ਸਾਰੇ ਅੱਖਰ ਪੜ ਦਿੰਦਾ ਅੱਜ ਏ ਫਾਰ ਐਪਲ ਉਹ ਕੋਈ ਗੱਲ ਨਹੀਂ ਐਡੀ ਗੱਲ ਵੀ ਨਹੀਂ ਹੈਗੀ ਦੇ ਦਿੰਦੇ ਤੇਰੇ ਆਲੂ ਵਾਲੇ ਪਰੌਂਠੇ ਜੇ ਖਾਧੇ ਕਸਰ ਗਿਆ ਜਾਂ ਪੁੱਤ ਦੀਪੇ ਦੋ ਆਲੂ ਵਾਲੇ ਪਰੌਂਠੇ ਲਾ ਕੇ ਦੇ ਦੇ ਇਹਨੂੰ ਆ ਕੀ ਹੈ ਸੀ ਫਾਰ ਮਾਣੋ ਬਿੱਲੀ ਮੇਰਾ ਜੀ ਕਰਦਾ ਮੈਂ ਤੇ ਜੁੰਡੇ ਪੱਟ ਲਾਂ ਓਏ ਮਾਣੋ ਬਿੱਲੀ ਆ ਦੇਖ ਅਰੇ ਮਾਣੋ ਕੀ ਪੜ ਕੇ ਆਉਂਦਾ ਤੇ ਤੂੰ ਪੁੱਤ ਬਾਪੂ ਪੜਿਆ ਕਰ ਕੈਨੇਡਾ ਦੀ ਕੀ ਗੱਲ ਆ ਆਪਾਂ ਹੁਣੇ ਲਾ ਲੈਂਦੇ ਹਾਂ ਹੁਣ ਹੈਲੋ ਹਾਂਜੀ ਕੈਨੇਡਾ ਤੋਂ ਜੀ ਹਾਂਜੀ ਮੈਂ ਰੋਮੀ ਸਿੰਘ ਬੋਲ ਰਿਹਾ ਜੀ ਮੈਰਿਜ ਬਿਊਰੋ ਤੋਂ ਕੀ ਹਾਲ ਚਾਲ ਆ ਜੀ ਇੱਕ ਬਹੁਤ ਵਧੀਆ ਫੈਮਿਲੀ ਸੀਗੀ ਜੇ ਤੁਸੀਂ ਕਹੋ ਤਾਂ ਮੈਂ ਰਿਸ਼ਤੇ ਦੀ ਗੱਲ ਚਲਾਵਾਂ ਹਾਂਜੀ ਹਾਂਜੀ ਕੋਈ ਗੱਲ ਨਹੀਂ ਮੈਂ ਉਹ ਸਾਰਾ ਕਲੀਅਰ ਕਰ ਲਵਾਂਗਾ ਮੈਂ ਤੁਹਾਨੂੰ ਸਾਰੀ ਗੱਲਬਾਤ ਤੁਹਾਨੂੰ ਮੈਂ ਦੁਬਾਰੇ ਦੱਸ ਦਿੰਦਾ ਹਾਂਜੀ ਹਾਂਜੀ ਓਕੇ ਕੋਈ ਗੱਲ ਨਹੀਂ ਓਕੇ ਓਕੇ मेरी पढ़ाई लिखाई का तुहानू पता ही है मेरे स्टेटस का भी तुहानू पता ही है ਪਰ ਜਿਹੜੇ ਮੇਰੇ ਫਾਦਰ ਸਾਹਿਬ ਆ ਨਾ ਉਹ ਤਾਂ ਵੈਲ ਐਜੂਕੇਟਡ ਵੈਲ ਪਰਸਨੈਲਿਟੀ ਹੀ ਬਿਲੋਂਗ ਟੂ ਅ ਰਿਚ ਫੈਮਿਲੀ ਰਿਚ ਫੈਮਿਲੀ ਯੂ نو ਉਹ ਬਸ ਉਹ ਫੇਰ ਤਾਂ ਰਿਸ਼ਤਾ ਪੱਕਾ ਸਮਝੋ ਹਾਂ ਬਸ ਤੁਸੀਂ ਤਿਆਰੀ ਕਰੋ ਹਾਂ ਨੈਕਸਟ ਮੀਟ ਹਾਂ ਨਾਈਸ ਪਰਸਨ ਓਕੇ ਯਾਰ ਮੈਂ ਗਿਆ ਸੀ ਰੋਮੀ ਸਿੰਘ ਕੋਲੇ ਉਹਨੇ ਕੈਨੇਡਾ ਗੱਲ ਵੀ ਕਰ ਲਈ ਹੈ ਅਤੇ ਰਿਸ਼ਤਾ ਵੀ ਮਿਲਦਾ ਪਰ ਉਹ ਕਹਿੰਦਾ ਵੀ ਕੁੜੀ ਵਾਲਿਆਂ ਦੀ ਡਿਮਾਂਡ ਹੈ ਵੀ ਜਿਹੜੀ ਫੈਮਿਲੀ ਹੈ ਉਹ ਵੈਲ ਐਜੂਕੇਟਡ ਹੋਣੀ ਚਾਹੀਦੀ ਹੈ ਪੜ੍ਹੀ ਲਿਖੀ ਹੋਣੀ ਚਾਹੀਦੀ ਹੈ ਸਟੇਟਸ ਵਾਲੀ ਹੋਣੀ ਚਾਹੀਦੀ ਹੈ ਵੀ ਹੁਣ ਤੁਹਾਨੂੰ ਪਤਾ ਵੀ ਮੈਂ ਤਾਂ ਜੁਗਾੜ ਕਰ ਲੈਣਾ ਜਦੋਂ ਕੁੜੀ ਵਾਲੇ ਆਪਣੇ ਘਰੇ ਆਉਣਗੇ ਤਾਂ ਬਾਪੂ ਨੇ ਤਾਂ ਜੱਡਪੁਣਾ ਘੋਲ ਦੇਣਾ ਉਹ ਨਾ ਤਾਂ ਕਿਸੇ ਦੀ ਗੱਲ ਸੁਣਦਾ ਅਤੇ ਨਾ ਕਿਸੇ ਨੂੰ ਗੱਲ ਕਰਨ ਦਿੰਦਾ ਮੈਨੂੰ ਹੁਣ ਇਹ ਚਿੰਤਾ ਹੋਈ ਪਈ ਹੈ ਵੀ ਆਪਾਂ ਕਰੀਏ ਤਾਂ ਕੀ ਕਰੀਏ ਤੁਸੀਂ ਮੇਰੇ ਭਰਾ ਹੈ ਪੰਚਾਇਤੀ ਮੈਨੂੰ ਸਮਝਾਓ ਦੱਸੋ ਵੀ ਆਪਾਂ ਇਹ ਕਹਾਣੀ ਕਿਵੇਂ ਫਿੱਟ ਕਰੀਏ ਮੈਂ ਨਾ ਤਾਏ ਨੂੰ ਸਕੂਲ ਅੰਗਰੇਜ਼ੀ ਪੜ੍ਹਨ ਲਾ ਦਈਏ ਆਹੋ ਬਾਪੂ ਨੇ ਜਦੋਂ ਪਟਰ ਪਟਰ ਅੰਗਰੇਜ਼ੀ ਬੋਲੀ ਨਾ ਇੱਥੋਂ ਪਤਾ ਲੱਗੂਗਾ ਵੀ ਤੁਸੀਂ ਐਜੂਕੇਟਡ ਵੀ ਹੋ ਅਤੇ ਸਟੇਟਸ ਵਾਲੇ ਵੀ ਹੋ ਹਾਂ 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 ਮੈਂ ਵੀ ਇਹੀ ਗੱਲ ਕਹਿੰਦਾ ਛੇਤੀ ਕਰੋ ਤਾਂ ਛੜੇ ਮਰ ਜਾਓਗੇ ਭਾਈ ਜੇ ਆਖੇ ਤਾਂ ਮੈਂ ਭੁੱਲਰ ਮਾਸਟਰ ਨਾਲ ਗੱਲ ਤੋਰਾਂ ਲੈ ਇਹ ਤਾਂ ਮੈਂ ਭੁੱਲੇ ਬੈਠਾ ਸੀ ਭੁੱਲਰ ਮਾਸਟਰ ਜੀ ਤਾਂ ਮੇਰੇ ਨਾਲ ਵੀ ਲਿਆ ਗਿਆ ਬੜੀ ਵਧੀਆ ਅੰਗਰੇਜ਼ੀ ਪੜ੍ਹਾਉਂਦਾ ਭੁੱਲਰ ਮਾਸਟਰ ਦੇ ਪੜ੍ਹਾਈ ਨਹੀਂ ਮਾਰ ਖਾਂਦੇ ਐਂ ਕਰਦੇ ਹਾਂ ਕੱਲ੍ਹ ਨੂੰ ਆਪਾਂ ਬਾਪੂ ਨੂੰ ਭੁੱਲਰ ਮਾਸਟਰ ਕੋਲ ਛੱਡ ਆਉਂਦੇ ਜਦੋਂ ਕੁੜੀ ਵਾਲੇ ਆਉਣਗੇ ਬਾਪੂ ਨੇ ਜਦੋਂ ਬੋਲੀ ਨਾ ਪਟਰ ਪਟਰ ਅੰਗਰੇਜ਼ੀ ਆਪੇ ਇੰਪ੍ਰੈਸ ਹੋ ਜਾਣਗੇ ਕੱਲ੍ਹ ਨੂੰ ਹੀ ਬਾਪੂ ਨੂੰ ਪਾ ਕੇ ਆਉਣਾ ਪੜ੍ਹਨੇ ਬਾਪੂ ਆ ਗਿਆ ਰੋਟੀ ਪੈਕ ਕਰਤੀ ਹੈ ਤੇਰੀ ਓਏ ਆ ਜਾ ਪੁੱਤ ਓ ਬਾਪੂ ਆ ਓ ਹੋ ਦਿਮਾਗ ਖਰਾਬ ਆ ਰਹੀ ਸਮਾਨ ਤਾਂ ਪੂਰਾ ਓ ਆ ਜਾ ਹੁਣ ਲੇਟ ਹੋਈ ਜਾਂਦਾ 8 ਵਜਣ ਚ 5 ਮਿੰਟ ਆ ਗਿਆ ਆ ਬੁੱਕਸ ਵੀ ਪਾ ਦਿਆਂ ਤੇਰੀਆਂ ਆਪਾਂ ਆ ਗਏ।
मेरी उंगली मुगली ले एक कम तां रह गया जदो स्कूल जाना आवे ना पढ़न नहीं खा के जाईदा हुंदा ओदे नाल दा दिमाग ठंडा रहिंदा नाले ऊं भी चंगा हुंदा ओ रंग दे मन्नो उत्थे नींद आई जाऊगी ओ नहीं नींद आउंदी है पढ़ाई वधिया हुंदी है कमलिया ओ बापू सुत्ती पै जांदी है दही लेट हो जाएगा जमाई अंग्रेजी बहुत औखी है ऐ करदा जिवें अंग्रेजी वाली मैडम बैठी हुंदी अंदर ओ 8:30 हो गया ना तू कहदा आना मैं ही आना चल चक सकल रोल नंबर 1 यस सर रोल नंबर 2 यस सर रोल नंबर 3 यस सर वेरी गुड सत श्रीकाल जी हाजी पाजी की हाल ने बहुत बढ़िया जी बहुत बढ़िया जिहड़ा मैं तुहानू दस्या सी बापू जी ने आप अंग्रेजी सिखाउनी है हाँ जी दस्या लड़ ला दें इन्हों सिखाओ अंग्रेजी कोई नहीं कोई गल अंग्रेजी सिखा देंगे जी ठीक है बापू ठीक है मुंडा तू परवाह ना मन तू चल घर नू मैं मास्टर जी तो अंग्रेजी सीखदा मैं तो पा दूं पढ़ने चलाओ बापू जी ठीक है अच्छा जी सत श्री अकाल जी बहुत बहुत तुम फिक्र ना करो जी कोई गल नहीं अंग्रेजी सिखा देंगे ना ओके बोलो बच्चों ए फॉर एप्पल ए फॉर एप्पल बी फॉर बॉय बी फॉर बॉय सी फॉर कैट सी फॉर कैट डी फॉर डॉग डी फॉर डॉग ई फॉर एलिफेंट ई फॉर एलिफेंट एफ फॉर फिश एफ फॉर फिश आ पता नहीं की कह गया मास्टर जी इसने चुंडी वड्डी है तंग करदा जवाकां नूं कदे तुहानूं तंग करदा तुसीं मैनूं भजाउंदे क्यों नहीं फिर ओ मैं तेरे मुंडे नाल जबान कीती सी अंकला ते मैं तेरे प्यो नूं इंग्लिश सिखा के छड्डांगा तेनू कटना तो मेरा इन्ने का काम आता हूं मैं कदों का कट देंदा बंदे का पुत वो मेरा मतलब है बंदा बन के बह जा पढ़ ध्यान ठीक है सिर्फ 27 दिन च यूके 337 वीजे कि साड़ी फैमिली पढ़ जाए ना ला फैमिली तो अभी कि 35 जने ढाई तो रोज लूंगा एक मैं एक मेरा बापू
मैं अंग्रेजी नूं मूंह मारी लैना जे कितें बापू पढ़ गया ना तो पक्के कनेडा वाले वजन लग जाएंगे। दीपा कनेडा वाला बापू नूं भी कह देंगे भी आपका बिजनेस बदल ला आ छड्ड पेंचर पुंचर लाउणे फिर बापू ना जहाजा के पेंचर लै लो वह भी उड़े जाते जहाज हिंदी चल मासी मन लें आहा दुश्मन वाली अंग्रेजी वो ये नहीं असि पढ़ होंगी इन देख के चीज ही चढ़ती है कि बुढ़े बारे झोला चकाता चल कोई गल नहीं देखते हैं जीत नूं पढ़ाउण नूं फिरदे ने मैं तां सारयां नूं पढ़ने पा दूंगा आए नहीं जीत दबदा कोई गल नहीं आ गया मेरा बापू आदा दा दा पढ़ाया मेरा सिर बगा ओह पढ़ाया मेरा बापू मैं पढ़ने पा के आया गा उहनां नूं हां हां पढ़िया पढ़िया पुत्र अच्छा अच्छा ला हुण मैं तेरा टेस्ट लेना है दिखा मैनु बुक दिखा बुक हाँ ओए बुक नहीं यार ओए बुक यार देख ले बुक ओए बुक नहीं माड़ा मोटा अंग्रेजी मूह मारा कर फिर कनेडा वाले बनांगे ए नहीं बनने कनेडा वाले बुक किताब किताब अच्छा कायदा कायदा हाँ कायदा कायदा एक ता आ पता नहीं कितों लाते साडे कोले हुंदे ते बोरियां वाले झोले जे केड़ी किताब आ कायदा आ टेस्ट ले गए तेरा गलती गलती हो जाती है कदी गलती बंदे तो हो जाती है दो गलती इकट्ठिया हो गई होर पुछ ला आ की है सी फॉर माणो बिजली मेरा जी कर दिमाग ते जुंडे पट ले ओ माणो बिल्लिया देख अरे माणो की पढ़ के आवा ते तू पुत बापू पढ़या कर सियाना बन ठीक है पढ़ के जेड़े बंदे होंदे ना चंगे लगदे पढ़दे ओ कोई ना सी फॉर कैट होंदा है सी फॉर कैट हां सी फॉर कैट कैट मेने बिल्ली सी फॉर कैट कैट मेने बिल्ली माणो बिल्ली चल माणो बिल्ली कहला पर हिंदी बिल्ली है ठीक है ए पढ़या कर मेरी गुगली मुगली मेरी गुगली मुगली मेरी कोची मुची ए पढ़या कर चंगी तरह फिर मैं चलो ना टोपियां लेके जाऊंगा पंजा दी इनिया सारी खाऊंगा तो खाऊंगा नहीं तेरी तो लगे जा पढ़या कर तू ले टोपियां जे आ गल फिर मैं ला ना दिमाग ते लाएगा ना मैं पूरा मैं पढ़ दूंगा सारा कायदा चल ठीक है मैं तेरे ते टोपियां लेके हां टोपियां लेके आ मन्नू पढ़ाउणा है जी पति सब्जी में नमक क्यों नहीं है पत्नी वो सब्जी थोड़ी सी जल गई थी तो नमक क्यों नहीं डाला हम जले पर नमक नहीं छिड़कते ये भी पतंद राती कराते ने तेरा भुला ओ थोड़े मोटे तक कपड़े पा लिया करो देख कि मैं गरीबी दिखाई जागी आ मेरे वाले चादरे के पांच छे सूट बन जाने ए फॉर एप्पल ए फॉर एप्पल बल्ले बल्ले मेरी गुगली मुगली पड़ी जाती है मेरी मानी नानी पड़ी जाती है ए फॉर एप्पल हां हुन आया लाइन ते हां तो हुन तो मैं अखा मीच के सारे अक्षर पढ़ देना आ ए फॉर एप्पल ठीक है ना पर बापू मैं तेनु ए कहना बी पढ़ाई दे नाल नाल थोड़ा जा काम धंधे वाले भी ध्यान दिया कर ओ देख रंभी जांदियां बेचारी पठे पा लेंदा ओ मैथों दो दो काम नहीं होने शेरा दाता मैथों पढ़ाई होगी जा फिर काम में होगा हुन तू दस काम करा के पढ़ाई करा ए ओ दाल बना ली सी
जे मैं दाल बनाने लग गया मास्टर ने सवेरे मेरा मुर्गा बना देना जाके। तू आप कर ला कम, देख जे पंजाबी हुंदी जा हिंदी हुंदी फिर मैं नाल कम करा दंदा, अंग्रेजी ने ता मेरे तुही तोड़ रखी है कि बहुत औखी है। लो जी बापू ता सीरियसली लै गया। चल कोई गल नहीं बापू, तू ऐ करया कर, तू बस पढ़िया कर। हाँ। मैं रोटियां मैं पकाऊ, कपड़े लते मैं तू, ठीक तू पढ़ाई से जोर दे दे मेरा बापू बड़े। मैं सारा कायदा पढ़ दूंगा। मेरा मतलब वो की हुंदा है? हाँ, बुक 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 बुक। हाँ। सारी बुक पढ़ दूंगा। पढ़ ला पढ़ ला पढ़ ला। बस ठीक है। ए फॉर एप्पल, एप्पल मैंने सेब। ए फॉर एप्पल, एप्पल मैंने सेब। वेरी गुड। ए फॉर एप्पल, अपा तो पढ़िए अखबार। ए तेरा भला हो जी, देख कि मैं जफ्फी पाई खड़े ने गे जिमें करंट वाली तारा लग गए हूं। लड़का। ओ मैं हुण मुंह च पढ़ूंगा, चंगा तंग नहीं करदा थोनू। आपां विच ही रख लैने, की पता लगना इहनू। मैं तां बापू नूं एवें समझदा सी, बापू दा पूरा इंटेलीजेंट। देख के मैं दंद कढ़िया, अज देखदी आ जिवें कदे अंग्रेजी पढ़दा बुढ़ा नहीं देखिया हुंदा। जिवें बापू रेस फड़ी बैठा है इस हिसाब नाल तां जल्दी कनेडा वाली रेल दी बरनी हथ पाऊंगा। एप्पल, ए फॉर सेब हुंदा। बी फॉर बॉय, बी फॉर बॉय। ओए बॉय नहीं है वो, रे बा कौन समझावे। बी फॉर भोले का काला। सी फॉर कैट, सी फॉर कैट। कैट मेरा बिल्ली, कैट मेरा बिल्ली। मास्टर जी आ मिस गल्ला मारी जांदा जी, गैस छड्डिए दा इहनू भेजो जी, इहदे दर्द होण लग्गा होयागा। जा बच्चा जा टॉयलेट जा 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 बस। बी फॉर बॉय, बी फॉर बॉय। बॉय मेरा लड़का, बॉय मेरा लड़का। सी फॉर कैट, सी फॉर कैट। A for apple, apple मान गए मेरी कुचरी मुचरी, ने मेरी गोली बोली। B for boy, बड़ा कर लड़का। B for cat, cat मैंने मानो बिल्ली। और तो मैं सारी किताब पढ़ी। वो यहाँ तारे दा पापू किधर आ गया? ये मुझे भी मैं रोटी खा रही हूँ, किसे लाभ देने तो नहीं आ गया। ये पता दीपे किथे तोड़ा बुड़ा गल है चढ़िया ने चढ़ना नहीं गा मेरे मुंडे दी रोटियां खा खा गल बुला लेने चल। ओ बापू, ओ बापू, ओ इधर वाले बैठा रहे हैं। हां बापू आ ही कहंदा तू खादे ने दे मुंडे दे परौठे। मैं तो नहीं खादे ना दे मुंडे दे परौठे, मैं तो वही खादे जेड़े तू तन्ने खुंजे जे ला के दित्ते सीगे। मैं कदों खादा तेरे आलू वाले परौंठे? हाँ हाँ आ देखे ना, मैं बता रहा आलू वाले परौंठे था। पोछन पोछे बोल रहा झूठ। ओ कोई गल नहीं, एडी गल भी नहीं हैगी, दे दिने तेरे आलू वाले परौंठे जे खादे का फिर। जा पुत दीपे दो आलू वाले परौंठे ला के दे दे। मैं तो आलू वाले परौंठे नहीं बैठा, एक मेरी गल सुन ला, जे गाणू मुंडे तो परौंठे खादे तो साफ ला नहीं आ। चल कोई नहीं भाई, नहीं लाऊंगे, नहीं लाऊंगे गा तो हाथ कली जा। थोनू पढ़ना है उसे जाके तुम होर ही शरारता कर दे। कोई ना तू नाले परौंठियां जी ने लाया कर, थोड़ियां थोड़े रास्ता पा लिया कर बच्चे, परौंठे लाया कर बड़े बड़े। अंग्रेजी पढ़ रहा बहुत भुख लगती है, दिमाग लगता है, तू ही दुखन लग जाती है जो पढ़ते हैं।
ਜਾ ਹੁਣ ਫੇਰ ਭੁੱਖ ਜੀ ਲੱਗੀ ਦਾਹੀ ਪੁੱਤ ਬਣ ਕੇ ਦਾਦੇ ਚਾਰ ਕੱਪ ਪਰੌਂਠੇ ਖਾ ਕੇ ਫਿਰ ਪੜ੍ਹਾਈ ਕਰਨੀ ਆ ਮੈਂ ਤਾਂ ਬਹੁਤ ਤੇਜ਼ ਹੋ ਗਿਆ ਕਰ ਲਾ ਮਨ ਮਰਜ਼ੀਆਂ ਜੇ ਤੈਨੂੰ ਉੱਥੇ ਜਾ ਕੇ ਬੇਰ ਤੋੜਨ ਨਾ ਨਾ ਲਾਇਆ ਤਾਂ ਮੈਨੂੰ ਦੀਪਕ ਨੇੜੀਆਂ ਵਾਲਾ ਜੀ ਨੇ ਜਿਹੜਾ ਕੋਈ ਗੱਲ ਨਹੀਂ ਪੁੱਤ ਜੀ ਤੂੰ ਪੰਚਰ ਵਾਲੇ ਦੇ ਪੰਚਰ ਲਾਉਂਦੇ ਤੇਗੇ ਮੈਂ ਤਾਂ ਸਾਰੇ ਟੱਬਰ ਨੂੰ ਪਾਨੇ ਚ ਪਾ ਦੂੰ ਪੜ੍ਹਾਈਆਂ ਹੁੰਦੀਆਂ ਨੇ ਲਾਤਾ ਹੁਣ ਆਪਾਂ ਤਾਂ ਹੁਣ ਸੌਂਦੇ ਆ ਨਜ਼ਾਰੇ ਨਾਲ ਹੁਣ ਕਿੱਥੇ ਸਕੂਲ ਜਾਇਆ ਜਾਂਦਾ ਆਪਾਂ ਤੋਂ ਪਰ ਆਪਣੀ ਫੈਮਿਲੀ 'ਚ ਕਿਹੜਾ ਬਾਹਲੇ ਬੰਦੇ ਆ ਇੱਕ ਮੈਂ ਆ ਤੇ ਇੱਕ ਬਾਪੂ ਆ ਮੈਂ ਤਾਂ ਅੰਗਰੇਜ਼ੀ ਨੂੰ ਮਾੜਾ ਮੋਟਾ ਮੂੰਹ ਮਾਰ ਲੈਂਦਾ ਬਾਪੂ ਦਾ ਹੀ ਆ ਬਸ ਬਾਪੂ ਚਾਰ ਅੱਖਰ ਸਿੱਖ ਗਿਆ ਅੰਗਰੇਜ਼ੀ ਦੇ ਵਿਚੋਲੇ ਖੁਸ਼ ਹੋ ਜਾਣਗੇ ਘਰ ਵਸਦਾ ਹੋ ਜੂਗਾ ਨਾਲੇ ਬਾਪੂ ਦਾ ਐਵੇਂ ਨਹੀਂ ਮਾਣ ਫਿਰ ਵੇਖੀ ਕਰਦਾ ਡਰਾਮੇ ਬਾਜੀਆਂ ਬਾਪੂ ਦਾ ਵੀ ਤਾਂ ਆਪਾਂ ਉੱਥੇ ਪੜ੍ਹਾ ਦਾਂਗੇ ਕੋਈ ਤੋਕੜ ਜੀ ਲੱਭ ਕੇ ਬਾਪੂ ਦੇ ਵੀ ਆਨੰਦ ਕਾਰਜ ਉੱਥੇ ਹੀ ਹੋ ਜਾਣਗੇ ਮਾਸਟਰ ਨੇ ਜਵਾਕ ਨੂੰ ਮੁਰਗਾ ਬਣਾ ਰੱਖਿਆ ਸੀਗਾ ਮੈਂ ਉਹਨਾਂ ਨੂੰ ਕਿਹਾ ਮੈਂ ਰਹਿਣ ਦੋ ਜੀ ਨਾ ਬਣਾਓ ਜਵਾਕ ਹੈਗਾ ਮੈਂ ਕਹਿੰਦੇ ਤੂੰ ਵੀ ਬਣ ਮੁਰਗਾ ਮੈਂ ਤਾਂ ਉਹਨਾਂ ਨੂੰ ਬਹਾਨਾ ਦੇ ਲਾ ਕੇ ਭੱਜਿਆ ਆ ਮੈਂ ਕਿਹਾ ਮੈਂ ਨਹੀਂ ਪੜ੍ਹਦਾ ਹੁਣ ਫਿਰ ਨਹੀਂ ਜਾਣਾ ਸਕੂਲ ਮੈਂ ਨਹੀਂ ਜਾਂਦਾ ਸਕੂਲ ਕੱਲ ਨੂੰ ਚਲਾ ਜਾਈ ਫਿਰ ਸਕੂਲ ਉਹ ਯਾਰ ਕਾਹਦੇ ਲਈ ਜਾਣਾ ਸਕੂਲ ਮੈਂ ਜੇ ਸਕੂਲ ਜਾਵੇਂਗਾ ਤਾਂ ਹੀ ਆਪਾਂ ਕੈਨੇਡਾ ਜਾਵਾਂਗੇ ਨਾ ਕੈਨੇਡਾ ਕੀ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਹੈਗੀ ਮੈਥੋਂ ਅੰਗਰੇਜ਼ੀ ਤੋਂ ਤਾਂ ਬਾਹਲਾ ਡਰ ਲੱਗਦਾ ਮੈਨੂੰ ਕੋਈ ਨਹੀਂ ਸਿੱਖੀ ਜਾਊਗੀ ਥੋੜ੍ਹਾ ਦਿਮਾਗ 'ਤੇ ਜ਼ੋਰ ਦੇਵੇਗਾ ਸਿੱਖੀ ਜਾਊਗੀ ਚੱਲ ਠੀਕ ਆ ਮੈਂ ਜਾਊਂਗਾ ਹਾਂ ਪੈ ਜਾ ਹੁਣ ਆਰਾਮ ਕਰ ਲੈ ਕੋਈ ਗੱਲ ਨਹੀਂ ਪੜ੍ਹਦਾ ਨਹੀਂ ਅੰਗਰੇਜ਼ੀ ਕੀ ਗੱਲ ਸੁਸਤਿਆ ਕਿਵੇਂ ਬੈਠਾ ਕੀ ਗੱਲ ਹੋਈ ਆ ਦੀਪੇ ਕਿਵੇਂ ਸੁਸਤ ਬੈਠਿਆ ਤੂੰ ਗੱਲ ਵੀ ਕਰੇਗਾ ਯਾਰ ਮੈਨੂੰ ਨਹੀਂ ਲੱਗਦਾ ਵੀ ਬਾਪੂ ਅੰਗਰੇਜ਼ੀ ਸੀ ਜੇ ਬਾਪੂ ਅੰਗਰੇਜ਼ੀ ਨਾ ਸਿੱਖਿਆ ਤਾਂ ਮੇਰਾ ਵਿਆਹ ਨਹੀਂ ਹੋਣਾ ਜੇ ਵਿਆਹ ਨਾ ਹੋਇਆ ਤਾਂ ਫਿਰ ਕੈਨੇਡਾ ਕਿਵੇਂ ਪਹੁੰਚੂਗਾ ਸਮਝੋ ਬਾਹਰ ਹੋਈ ਪਈ ਕਹਾਣੀ ਮੈਨੂੰ ਕੁਝ ਸਮਝ ਨਹੀਂ ਆਉਂਦੀ ਮੈਂ ਕਰਾਂ ਤਾਂ ਕੀ ਕਰਾਂ ਅਸੀਂ ਦੱਸਦਿਆਂ ਤੈਨੂੰ ਤਰੀਕਾ ਇਹੋ ਜਿਹਾ ਫਾਰਮੂਲਾ ਨਾ ਬਾਪੂ ਪਟਰ 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 ਅੰਗਰੇਜ਼ੀ ਬੋਲੂਗਾ ਇਹੋ ਜਿਹਾ ਕਿਹੜਾ ਫਾਰਮੂਲਾ ਫਾਰਮੂਲਾ ਨੰਬਰ 415 ਦੱਸ ਕੜਵੰਤ ਤਰੀਕਾ ਇਹਨੂੰ ਠੀਕ ਹੈ ਇਹ ਠੀਕ ਹੈ ਮੈਂ ਬਾਈ ਜੀ ਦੱਸਿਆ ਸਾਰੀ ਉਮਰ ਹੋ ਗਈ ਪੈਂਚਰ ਲਾਉਂਦਿਆਂ ਦੀ ਨਾ ਤਾਂ ਪੈਂਚਰਾਂ ਤੋਂ ਕੁਛ ਬਣਦਾ ਤੇ ਉੱਤੋਂ ਹੁਣ ਅੰਗਰੇਜ਼ੀ ਸਿੱਖਣ ਲਾ ਤੀ ਮੁੰਡੇ ਨੇ ਕਹਿੰਦਾ ਅੰਗਰੇਜ਼ੀ ਸਿੱਖ ਉਹ ਅੰਗਰੇਜ਼ੀ ਸਾਨੂੰ ਕਿੱਥੋਂ ਆਊਗੀ ਅਸੀਂ ਤਾਂ ਉੜੇ ਆੜੇ ਦੇ ਆਦੀ ਹਾਂ ਹੁਣ ਤਾਂ ਮੈਨੂੰ ਕੋਲ ਇੱਕੇ ਕੰਮ ਰਹਿ ਗਿਆ ਵੀ ਦੱਸਿਆ ਉਮਰ ਬਹੁਤ ਹੋ ਗਈ ਪਾਠ ਪੂਜਾ ਹੀ ਕੰਮ ਆਊਗੀ ਆਪਾਂ ਤਾਂ ਪਾਠ ਪੂਜਾ ਕਰਦੇ ਹਾਂ ਮੈਨੂੰ ਵੀ ਪਤਾ ਦਾਰੂ ਆ ਬੇਉਰੇ ਕਿਉਂ ਚੱਕ ਲੈ ਕੇ
पता क्यों लेके आया भी तू अंग्रेजी सीख नहीं सका इनू पी के बंदा अंग्रेजी बोलन लग गया। ओए मैं नहीं दारू पीनी साडे ता बाप दा दिन नहीं दारू पीनी। मतलब दा ते बंदा किने अंग्रेजी बोलदा दारू पी के। ओ दारू पी के केड़ा बंदा अंग्रेजी बोलदा का केड़ी अंग्रेजी सीखदा का। दस 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 ला दे। आ केड़ी अंग्रेजी दी अंग्रेजी नहीं हां अंग्रेजी हुन बाहर आऊं। अच्छा बस देर बाजी करो ये आए फस्सी। ओ बस 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 आपका तो उड़ियाड़े वाले बंदे ठीक है अपने बात की गल नहीं हैगी अंग्रेजी मुरजी तैनू भी सिखाऊंगा। ओ मैं नहीं सीखनी अंग्रेजी। तू एक पैग ला दे तैनू अंग्रेजी है। ओ मैं नहीं लाऊंगा मैं दारू पी ना अंग्रेजी आउंदी मोर दारू पिंग और मोर 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 अंग्रेजी बोलिंग। I hate jutti. I hate patthe. I hate mud. I hate puncher. ये hate की हुंदा? Hate हुंदा नफरत, नापसंद। तू नफरत करता ना? मैं नफरत करता? चंगी तरह नफरत करता। मैं greater कहूँगा। I hate Indian culture. I hate Indian people. I hate everything of India. I don't like Indian. तू सारे में नफरत करता है। मैं सब में नफरत करता है। पंजाबियों में भी नफरत करता है। हेट करता है मैं। तनु माय बड़ा ना गोरा था। हर जाते हैं। हेट करता है। इनकलाब इनकलाबा इनकलाब इनकलाबा चल भाई पुत्रा बाजार च घूम के आइए ना सौदा पत्ता लिया मैं घर का सारा समान मुक्या पिया। तू जाए बापू मेरा मूड ऑफ है। की ऑफ है? मन खराब है। अच्छा की गल होगी? गल की होनी सी बस इको एक राह बचा सी बाहर जाने का तेरे करके वही खराब हो गया सारा। कुड़ी वाले ने बचोले के हाथ स्नेहा कल्या सी महीने के बिच अंग्रेजी सीख लो कनेडा पक्का पर कितने तू तो जिम्मे जेली फड़ ली भी मैं तो अंग्रेजी सीखनी ही नहीं तेरे करके मेरिया बेड़िया च बटे पे आ मेरा कैरियर खराब हो गया। तू एक काबल बाप नहीं है तेरे अर्गे बाप ने तो पकौड़े बेच के खा लेने चाहिए। तलाक तलाक बस कर पुत्रा बस कर तीजी बार ना कही कोई गल नहीं महीने का टाइम सीगा अजे दस दिन पए ने मन लाउना कोई जुगाड़। मिस्टर दीपा जी ये ने मिस्टर गैरी कनेडा तो ओके ते रिश्ते वास्ते यस नो इन्होंने करती हां हां हेलो 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 मिस्टर गैरी हाउ आर यू आई एम फाइन। ओके 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 आई एम कुलदीप दीपा एंड वेल एजुकेटेड वेल पर्सनालिटी पर्सन ऑफ दिस विलेज यू नो and meet my father Mr. Jeet Panchawala. Hello. Hello, hello. How are you? I'm fine. Young boy, I am Jeet Panchawala. This is my son. I am very intelligent and very educated man. This village.
ਗੜੈਲ ਕੱਢੀ ਹੋਣਾ ਅੰਗਰੇਜ਼ੀ ਵਾਲੇ ਉਹ ਤੈਨੂੰ ਕਿਹਾ ਤਾਂ ਸੀਗਾ ਵੀ ਜੀਤ ਜਦੋਂ ਲਾਉਂਦਾ ਪੱਕਾ ਪੰਚਰ ਹੀ ਲਾਉਂਦਾ ਲਾਤਾ ਨਾ ਨਾਲੇ ਅੰਗਰੇਜ਼ੀ ਅੰਗਰੇਜ਼ੀ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਜਦੋਂ ਮਰਜ਼ੀ ਚੱਕ ਲੈ ਬੰਦਾ ਮਿਸਟਰ ਗੈਰੀ ਟੈਲ ਮੀ ਅਬਾਊਟ ਮੈਰਿਜ ਯੂ ਨੋ ਮੈਰਿਜ ਮੈਰਿਜ ਦੇਖੋ ਜੀ ਅੰਗਰੇਜ਼ੀ ਬੋਲਣ ਵਾਲੇ ਰਿਸ਼ਤੇ ਤਾਂ ਸਾਨੂੰ ਕੈਨੇਡਾ 'ਚ ਹੀ ਬਹੁਤ ਸੀ ਅਸੀਂ ਪੰਜਾਬ 'ਚ ਵਿਆਹ ਕਰਨਾ ਸੀ ਕਿ ਪੰਜਾਬੀ ਕਲਚਰ ਨਾਲ ਜੁੜੇ ਰਹੀਏ ਆ ਰੋਮੀ ਜੀ ਸਾਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਚਲੋ ਚੱਲੀਏ ਉਹ ਇੱਕ ਮਿੰਟ ਗੈਰੀ ਜੀ ਇੱਕ ਮਿੰਟ ਗੱਲ ਤਾਂ ਸੁਣ ਲਓ ਅਸੀਂ ਤਾਂ ਆਪ ਪੰਜਾਬੀ ਹਾਂ ਪੰਜਾਬੀ ਪਹਿਰਾਵੇ ਨੂੰ ਪਿਆਰ ਕਰਦੇ ਹਾਂ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਹਾਂ ਇਹ ਤਾਂ ਮੈਨੂੰ ਆ ਮੁੰਡੇ ਨੇ ਕਹਿਤਾ ਕਹਿੰਦਾ ਉਹ ਅੰਗਰੇਜ਼ੀ ਸਿੱਖਣੀ ਪੈਣੀ ਆ ਕਹਿੰਦਾ ਉਹਨਾਂ ਨਾਲ ਰਿਸ਼ਤਾ ਕਰਨਾ ਓਹੋ ਉਹ ਮੈਂ ਤਾਂ ਤੁਹਾਨੂੰ ਕਿਹਾ ਸੀ ਕਿ ਫੈਮਿਲੀ ਪੜ੍ਹੀ ਲਿਖੀ ਹੋਣੀ ਚਾਹੀਦੀ ਹੈ ਤੁਸੀਂ ਹੋਰ ਹੀ ਅੰਗਰੇਜ਼ੀ ਦੇ ਚੱਕਰਾਂ 'ਚ ਪੈ ਗਏ ਅਸੀਂ ਤਾਂ ਪਿਓਰ ਪੇਂਡੂ ਹਾਂ ਜੀ ਓ ਅੱਛਾ ਅੱਛਾ ਤੁਸੀਂ ਸਾਰੇ ਗਲਤ ਫਹਿਮੀ 'ਚ ਰਹਿ ਗਏ ਮੈਨੂੰ ਇਹ ਰਿਸ਼ਤਾ ਮਨਜ਼ੂਰ ਹੈ ਜੀ ਤੁਸੀਂ ਤਾਂ ਪੰਜਾਬੀ ਮਾਂ ਬੋਲੀ ਨਾਲ ਜੁੜੇ ਹੋਏ ਹੋ ਓਕੇ ਮੁਬਾਰਕਾਂ ਜੀ ਜੀ ਲਓ ਜੀ ਮੇਰੀ ਸਾਰੀ ਪੰਜਾਬ ਦੇ ਵਿੱਚ ਜਾਂ ਪੰਜਾਬੋਂ ਬਾਹਰ ਬਾਹਰ ਦੇ ਸਾਰੇ NRI ਵੀਰਾਂ ਨੂੰ ਬੇਨਤੀ ਹੈ ਕਿ ਪੰਜਾਬੀ ਮਾਂ ਬੋਲੀ ਨੂੰ ਕਦੇ ਨਾ ਭੁੱਲੋ ਚਾਹੇ ਜਿਹੜੀ ਮਰਜ਼ੀ ਕੰਟਰੀ ਦੇ ਵਿੱਚ ਬੈਠ ਕੇ ਤੁਸੀਂ ਭਾਸ਼ਾ ਸਿੱਖ ਰਹੇ ਹੋਗੇ ਕੈਨੇਡਾ ਦੀ ਧਰਤੀ ਦੇ ਵਿੱਚ 20 MP ਤੇ ਇੱਕ ਜੱਜ ਸਾਹਿਬਾਨ ਨੇਗੇ ਜਿਹੜੇ ਕਿ ਪੰਜਾਬੀ ਸੱਭਿਆਚਾਰ ਨਾਲ ਜੁੜੇ ਹੋਏ ਨੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਨੇ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਪੰਜਾਬੀ ਮਾਂ ਬੋਲੀ ਨੂੰ ਜ਼ਰੂਰ ਪਿਆਰ ਕਰਿਓ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਤਾਂ ਮਾਂ ਬੋਲੀ ਆ ਹਿੰਦੀ ਚੱਲ ਮਾਸੀ ਮੰਨ ਲੈਂਦੇ ਆ ਆਹ ਦੁਸ਼ਮਣ ਵਾਲੀ ਅੰਗਰੇਜ਼ੀ ਆ ਕੀ ਆ ਬੀ ਫਾਰ ਹੁਣ ਤਾਂ ਮੈਂ ਅੱਖਾਂ ਮੀਚ ਕੇ ਸਾਰੇ ਅੱਖਰ ਪੜ੍ਹ ਦਿੰਦਾ ਅੱਜ ਏ ਫੋਰ ਐਪਲ ਉਹ ਕੋਈ ਗੱਲ ਨੀ ਐਡੀ ਗੱਲ ਵੀ ਨੀ ਹੈਗੀ ਦੇ ਦਿੰਦੇ ਤੇਰੇ ਆਲੂ ਵਾਲੇ ਪਰੌਂਠੇ ਜੇ ਖਾਧੇ ਕਸਰ ਗਿਆ ਜਾਂ ਪੁੱਤ ਦੀਪੇ ਦੋ ਆਲੂ ਵਾਲੇ ਪਰੌਂਠੇ ਲਾ ਕੇ ਦੇ ਦੇ ਇਹਨੂੰ ਆ ਕੀ ਹੈ ਸੀ ਫਾਰ ਮਾਣੋ ਬਿੱਲੀ ਮੇਰਾ ਜੀ ਕਰਦਾ ਮੈਂ ਤੇ ਜੁੰਡੇ ਪੱਟ ਲਾ ਓਏ ਮਾਣੋ ਬਿੱਲੀ ਆ ਦੇਖ ਅਰੇ ਮਾਣੋ ਕੀ ਪੜ੍ਹ ਕੇ ਆਉਂਦਾ ਤੇ ਤੂੰ ਪੁੱਤ ਬਾਪੂ ਪੜਿਆ ਕਰ ਸਕੂਲੋਂ ਤਾਂ ਮੈਂ ਆ ਗਿਆ ਉੱਥੇ ਮਾਸਟਰ ਨੇ ਜਵਾਕ ਨੂੰ ਮੁਰਗਾ ਬਣਾ ਰੱਖਿਆ ਸੀਗਾ ਨਹੀਂ ਜਾਣਾ ਸਕੂਲ ਮੈਂ ਨਹੀਂ ਜਾਂਦਾ ਸਕੂਲ